ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਠੱਠਾ ਮਾਰ ਦਾ ਇਕੱਠ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਦੀ ਸ਼ਾਨਦਾਰ ਜਨਮ ਦੀ ਗਵਾਹੀ ਭਰਦਾ। ਗੁਰੂ ਪਿਆਰਿਓ, ਅੱਜ ਆਪਾਂ ਜਿੰਨੇ ਵੀ ਇੱਥੇ ਬੈਠੇ ਹਾਂ ਸਭ ਜਾਗਦੀਆਂ ਜ਼ਮੀਰਾਂ ਵਾਲੇ ਹਾਂ। ਸਾਨੂੰ ਪਤਾ ਹੈ ਸਿੱਖ ਕੌਮ ਕੋਲ ਇੱਕੋ ਇੱਕ ਨੇਤਾ ਸਰਦਾਰ ਸਿਮਰਨਜੀਤ ਸਿੰਘ ਮਾਨ, ਜੋ ਪਿਛਲੇ 40 ਸਾਲਾਂ ਤੋਂ ਸਿੱਖ ਕੌਮ ਦੀ ਅਗਵਾਈ ਕਰਦੇ ਆ ਰਹੇ ਹਨ। ਗੁਰੂ ਪਿਆਰਿਓ, ਜੋ ਛੋਟੇ ਛੋਟੀ ਉਮਰ ਦੇ ਬੱਚੇ ਬੈਠੇ ਆ, ਮੈਂ ਉਹਨਾਂ ਨੂੰ ਦੱਸਣਾ ਚਾਹੁੰਦੀ ਹਾਂ, ਜਦੋਂ 1984 ਵਿੱਚ ਅਕਾਲ ਤਖਤ ਸਾਹਿਬ ਡੇਗਿਆ ਗਿਆ ਸੀ, ਸਰਦਾਰ ਸਿਮਰਨਜੀਤ ਸਿੰਘ ਮਾਨ DIG ਪੁਲਿਸ ਸਨ। DIG ਪੁਲਿਸ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪਹਾੜ ਜਿੱਟਾ ਉਦੋਂ ਛੱਡਿਆ ਸਿੱਖ ਕੌਮ ਦੀ ਅਣਖ ਲਈ, ਛਾਣ ਲਈ, ਔਰ 40 ਸਾਲ ਤੋਂ ਇਹ ਨਿਧਾਰਕ ਯੋਧਾ ਜਰਨੈਲ ਸਿੱਖ ਕੌਮ ਦੀ ਗਵਾਹੀ ਕਰਦਾ ਆ ਰਿਹਾ। ਔਰ ਮੈਂ ਇਤਿਹਾਸ ਦੀਆਂ ਹੋਰ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂ। ਬੀਬੀ ਕੇਤੀਆ ਫਰਾਂਸ ਦੀ ਬੱਚੀ ਸੀ। ਬੀਬੀ ਕੇਤੀਆ ਸਾਡੇ ਪੰਜਾਬ ਵਿੱਚ ਸੈਰ ਕਰਨ ਆਈ ਸੀ। ਬੇਅੰਤ ਸਿੰਘ ਮੁੱਖ ਮੰਤਰੀ ਸੀ, ਬੇਅੰਤਾ ਬੁੱਚੜ, ਉਹਦੇ ਪੋਤਰੇ ਗੁਰਕੀਰਤ ਕੋਟਲੀ ਨੇ ਉਸ ਬੱਚੀ ਦੀ ਇੱਜ਼ਤ ਲੁੱਟੀ, ਉਹਨੂੰ ਕਟਹਿਰੇ ਵਿੱਚ ਲੈ ਕੇ ਗਿਆ ਸਿਮਰਨਜੀਤ ਸਿੰਘ ਮਾਨ। ਇਹ ਜੋਧਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਿੱਚ ਮੁੱਖ ਮੰਤਰੀ ਦੀ ਅੱਖ ਚ ਅੱਖ ਪਾ ਕੇ ਗੱਲ ਕਰਨੀ, ਮੁੱਖ ਮੰਤਰੀ ਦੇ ਪੋਤਰੇ ਨੂੰ ਸਜ਼ਾ ਦਿਵਾਉਣੀ, ਇਹ ਜੋਧਾ ਸਰਦਾਰ ਸਿਮਰਨਜੀਤ ਸਿੰਘ ਮਾਨ ਚ। ਬੀਬੀ ਰੂਪਨ ਦਿਓਰ ਬਜਾਜ DCC ਲੜਕੀ, KPS ਗਿੱਲ ਪੁਲਿਸ ਮੁਖੀ ਸੀ, ਉਹਨੇ ਬਦਤਮੀਜ਼ੀ ਕੀਤੀ, ਕਟਹਿਰੇ ਵਿੱਚ ਲੈ ਕੇ ਗਿਆ ਸਿਮਰਨਜੀਤ ਸਿੰਘ ਮਾਨ। ਬੀਬੀ ਬਿਲਕਸ ਬਾਨੋ ਮੁਸਲਮਾਨ ਲੜਕੀ ਸੀ, ਉਹਦੇ ਨਾਲ ਰੇਪ ਹੋਇਆ, ਉਹਦੀ ਆਵਾਜ਼ ਨੂੰ ਇੰਟਰਨੈਸ਼ਨਲ ਕਟਹਿਰੇ ਤੱਕ ਲੈ ਕੇ ਗਿਆ ਸਿਮਰਨਜੀਤ ਸਿੰਘ ਮਾਨ। 2002 ਵਿੱਚ ਈਸਾਈ ਬੱਚੀਆਂ ਦੀ ਗੁਜਰਾਤ ਵਿੱਚ ਇੱਜ਼ਤ ਲੁੱਟੀ ਗਈ, ਭਾਜਪਾ ਦਾ ਰਾਜ ਸੀ ਤਾਂ ਆਵਾਜ਼ ਬੁਲੰਦ ਕੀਤੀ ਸਿਮਰਨਜੀਤ ਸਿੰਘ ਮਾਨ ਨੇ। ਦੂਜੇ ਪਾਸੇ ਉਹ ਦਿੱਲੀ ਦੇ ਦਲਾਲ, ਜਿਹਨਾਂ ਕੋਲ ਸਾਡੇ ਲਈ ਕੋਈ ਪਾਲਿਸੀ ਨਹੀਂ, ਜਿਹਨਾਂ ਨੇ ਦਿੱਲੀ ਦੇ ਕਹੇ ਚੱਲਣਾ, ਜਿਹਨਾਂ ਦੇ ਗਲਾਂ ਵਿੱਚ ਦਿੱਲੀ ਦਾ ਪੱਟ ਹੈ, ਭਾਵਾਂ ਦੀ ਉਹ ਖੈਰ ਹੈ, ਭਾਵਾਂ ਦੀ ਉਹ ਮੀਤ ਹੈਰ ਹੈ, ਪਰ ਸਾਡਾ ਯੋਧਾ ਜਰਨੈਲ ਨਿਧੜਕ ਜਰਨੈਲ ਸਰਦਾਰ ਸਿਮਰਨਜੀਤ ਸਿੰਘ ਮਾਨ, ਜੋ ਸਾਡੀ ਹੱਥ ਦੀ ਆਵਾਜ਼, ਸੱਚ ਦੀ ਆਵਾਜ਼, ਪੰਜਾਬ ਦੇ ਪਾਣੀਆਂ ਦੀ ਗੱਲ, ਪੰਜਾਬ ਵਿੱਚ ਨਸ਼ੇ ਕਿਉਂ ਨਹੀਂ ਖਤਮ ਹੋ ਰਹੇ, ਪੰਜਾਬ ਵਿੱਚ ਪ੍ਰਵਾਸ ਕਿਉਂ ਹੋ ਰਿਹਾ, ਸਾਡੀਆਂ ਹੱਕੀ ਮੰਗਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਪੂਰੀਆਂ ਕਰਾ ਸਕਦੇ ਹੈ। ਇਹ ਯੋਧਾ ਜਿਹਨੇ ਸੰਸਦ ਵਿੱਚ ਕਿਹਾ ਕਿ ਭਾਈ ਭਾਟੀਆਂ ਏਜੰਸੀਆਂ ਨੇ ਸਾਡਾ ਖੰਡਾ ਮਾਰਿਆ, ਸਾਡਾ ਨਿੱਜਰ ਮਾਰਿਆ, ਦੀਪ ਸਿੱਧੂ ਮਰਵਾਇਆ, ਮੂਸੇਵਾਲਾ ਮਰਵਾਇਆ, ਔਰ ਮਾਨ ਸਾਹਿਬ ਨੇ ਕਿਹਾ ਮੈਨੂੰ ਫਿਕਰ ਹੈ ਕਿ ਸਾਡਾ ਚੀਫ ਜੱਜ ਕੋਈ ਸਿੱਖ ਕਿਉਂ ਨਹੀਂ। ਇਹ ਜੋਧਾ ਸਰਦਾਰ ਸਿਮਰਨਜੀਤ ਸਿੰਘ ਮਾਨ ਵਿੱਚ ਇੱਕ ਇੱਕ ਵੋਟ ਆਪਾਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾ ਕੇ ਫਿਰ ਇਸ ਸ਼ੇਰ ਨੂੰ ਲੋਕ ਸਭਾ 'ਚ ਭੇਜਣਾ। ਇੱਕ ਸ਼ੇਰ ਸਾਡਾ ਖਡੂਰ ਸਾਹਿਬ ਤੋਂ ਵੀ ਜਾ ਰਿਹਾ, ਹੋਰ ਸ਼ੇਰ ਵੀ ਜਾਣਗੇ। ਇੰਨੀਆਂ ਬੇਨਤੀਆਂ ਪ੍ਰਵਾਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।